ਚੰਗੀ ਤਰ੍ਹਾਂ ਜਾਣਦੇ ਨੇ ਬੰਦੇ ਮੈਂ ਗੰਡੂ ਬੰਦਾ ਨਹੀਂ ਆ ਵੀਰ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾ ਹਸਪਤਾਲ ਦੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਨਹੀਂ ਗ੍ਰੰਥ ਸਾਹਿਬ ਦੇ ਹੱਥ ਰੱਖ ਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋਲ ਫੋਨ ਉਹਨੇ ਖੜਿਆ ਕਿ ਨਹੀਂ ਉਸ ਬੰਦੇ ਨੇ ਸੁਨਿਆਰੇ ਨੇ ਮੈਂ ਲਾਉਣਾ ਵਾ ਮੇਰੇ ਕੋਲ ਹੈਗਾ ਵਾ ਮੈਂ ਨਾ ਮੇਰੇ ਕੋਲ ਹੈਗਾ ਵਾ ਮੈਂ ਲਾਉਣਾ ਵਾ ਮੈਂ ਲਾਉਣਾ ਵਾ ਮੈਂ ਭਾਜੀ ਲਾਉਣਾ ਵਾ ਆਖੋ ਮੈਂ ਲਾਉਣਾ ਵਾ ਵੀਰ ਜੀ ਹੱਥ ਪਿੱਛੇ ਕਰ ਵੀਰ ਜੀ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਯਾਰ ਸਾਡੇ ਹੁਣ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਵਾ ਮੇਰੀ ਗੱਲ ਸੁਣ ਪ੍ਰਧਾਨ ਦੋ ਮਿੰਟ ਖਲੋਇਆ ਨਿਕਲਿਆ ਦੋ ਮਿੰਟ ਖਲੋਇਆ ਮੀਡੀਆ ਵਾਲੇ ਗੱਲ ਦੇ ਨਾ ਖਰਾਬ ਹੋ ਜਾਣਾ ਮੈਂ ਤੈਨੂੰ ਆਖੀ ਜਾਂਦਾ ਕੰਮ ਖਰਾਬ ਹੋ ਜਾਣਾ ਦੇਖ ਲਾ ਭਾਜੀ ਇਹਨਾਂ ਅੱਜ ਤੋਂ 4 ਮਹੀਨੇ ਮੇਰੇ ਕੋਲ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਹ ਵਾ ਉਹਨਾਂ ਨੂੰ ਮੈਂ ਰਿਪੋਰਟ ਲਿਖਾਈ ਆ ਇਹਨਾਂ ਦੀ ਮੇਰੇ ਕੋਲ ਸਮਾਨ ਮੈਂ ਸਮਾਨ ਪੀਨਾ ਵਾਂ ਠੀਕ ਹੈ ਹਾਂ ਮੈਂ ਇੱਥੋਂ ਗੌਂਸਪੁਰਿਓਂ ਮੈਂ ਲਿਆਇਆ ਪੀਨਾ ਵਾਂ ਹੈਗਾ ਵਾ ਜਦੋਂ ਤੁਹਾਨੂੰ ਕਹਿਤਾ ਕਿ ਹੈਗਾ ਵਾ ਆਖੋ ਹੈਗਾ ਵਾ ਇਹ ਥੋੜ੍ਹਾ ਜਿਹਾ 500 ਦਾ ਖੋਲ੍ਹ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਿਤਾ ਕਿ ਹੈਗਾ ਵਾ ਮੇਰੇ ਕੋਲ ਹਾਂਜੀ ਮੈਂ ਵੇਚਦਾ ਹੀ ਨਹੀਂ ਮੈਂ ਪੀਨਾ ਮੈਂ ਹੁਣ ਵੀ ਪੀ ਗਿਆ ਮੇਰੇ ਕੋਲ ਆ ਵੇਖ ਲੈਟਰ ਵੀ ਹੈਗਾ ਮੈਂ ਪੀਨਾ ਵਾ ਮੈਂ ਪੀਨਾ ਵਾ ਆ ਵੇਖ ਵੀਰ ਮੇਰੇ ਕੋਲ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਨਾ ਵਾ ਠੀਕ ਹੈ ਪੀਨਾ ਨਹੀਂ ਪੀਨਾ ਬਾਕੀ ਸ਼੍ਰੀ ਸਾਹਿਬ ਦਾ ਲਾਭ ਪਾ ਕੇ ਦੇਣਾ ਪਏ ਕੰਮ ਕਰ ਠੀਕ ਹੈ ਹਾਂ ਨਹੀਂ ਬਾਬਾ ਵੇਖ ਜਿਹੜੀ ਗੱਲ ਸੱਚਾਈ ਹੈ ਮੈਂ ਸੱਚਾਈ ਬੋਲਾਂਗਾ ਇਹ ਅੱਜ ਦਾ ਤੇ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਉੱਥੋਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜ਼ਾ ਘੱਟ ਆਇਆ ਮੈਂ ਵੀਰ ਜੀ ਅੱਜ ਤੋਂ ਕੁਛ ਸਾਲ ਪਹਿਲਾਂ ਹਾਂ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਸਹੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗ੍ਰੰਥ ਸਾਹਿਬ ਪਾਇਆ ਸ੍ਰੀ ਸਾਹਿਬ ਪਾਇਆ ਸਹਿ ਛੱਡ ਰਿਹਾ ਵਾਂ ਠੀਕ ਹੈ ਚਲੋ ਲੜਾਈ ਭਾਅ ਜੀ ਇਹਨੂੰ ਪਤਾ ਹੋਊਗਾ ਇਹ ਚਿੱਟਾ ਵੇਚਦਾ ਭਾਈ ਇਹ ਮੇਰੇ ਗੱਲ ਪਏ ਆ ਇਕੱਠੀ ਹੋ ਕੇ ਇਹਨਾਂ ਮੁਹੱਲੇ ਗਿਆ ਹਾਂ ਮੈਂ ਇਹਨਾਂ ਕਹਿੰਦੇ ਨੂੰ ਵੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਵੀਰ ਜੀ ਮੈਂ 500 ਦਾ ਕਰਦਾ ਭਾਈ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ 'ਚ ਲੜ ਪਏ ਆ ਅਤੇ ਇੰਨਾ ਕੁ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ 'ਤੇ ਪਹੁੰਚੇ ਉਦੋਂ ਕੋਈ ਪੰਨੀ ਅਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦਾਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਅੱਗੇ ਕਰਾਂਗੇ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਆਬਾਦੀ ਆ ਜਾਂ ਕੁਛ ਆ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ
ਨਹੀਂ ਵੇਖੋ, ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਂ ਤਾਂ ਨਹੀਂ ਡਿਸਕਲੋਜ਼ ਕਰ ਸਕਦਾ, ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਜੇ ਸਾਰੇ ਪਬਲਿਕ ਇੱਦਾਂ ਦੇ ਰਿਸਪੋਂਸੀਬਲ ਹੋ ਜਾਏ ਤਾਂ ਪੁਲਿਸ ਦੀ ਵਰਕਿੰਗ 'ਚ ਹੋਰ ਸੁਧਾਰ ਆਏਗਾ। ਥੈਂਕ ਯੂ।